ਗੱਲ ਸਾਨੂੰ ਤਾਂ ਰਲ ਕੇ ਚੰਗੇ ਦਿਨ ਬਸ ਦਿਨਾਂ ਦੀ ਉਹ ਖੇੜਿਆ ਮੈਂ ਲੈ ਆਉਣੇ ਬਾਹ ਫੜ ਕੇ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ, ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ। ਇਹ ਲਾਈਨਸ ਟੁੱਕਦੀਆਂ ਨੇ ਉਸ ਕਲਾਕਾਰ ਤੇ ਜੋ ਇਹਨਾਂ ਦਿਨਾਂ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਹੇ ਨੇ ਤੇ ਜਿਨ੍ਹਾਂ ਦੀ ਸਟਰਗਲਿੰਗ ਲਾਈਫ ਯੰਗਸਟਰਸ ਨੂੰ ਕਰ ਰਹੀ ਹੈ ਕਾਫੀ ਇੰਸਪਾਇਰ। ਇਹ ਨੇ ਸਿੰਗਰ ਅਤੇ ਰਾਈਟਰ ਕੈਂਬੀ ਰਾਜਪੁਰੀਆ, ਜਿਨ੍ਹਾਂ ਦਾ ਰੀਅਲ ਨੇਮ ਹੈ ਕਰਮਵੀਰ ਸਿੰਘ। ਕੈਂਬੀ ਦਾ ਜਨਮ ਪਿੰਡ ਰਾਜਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਕੈਂਬੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਸੀ। ਕੈਂਬੀ ਨੂੰ ਬਚਪਨ ਤੋਂ ਫੁੱਟਬਾਲ ਖੇਡਣ ਦਾ ਕਾਫੀ ਸ਼ੌਂਕ ਸੀ ਤੇ ਇਹ ਜਨਾਬ ਸਕੂਲ ਟਾਈਮ ਵਿੱਚ ਫੁੱਟਬਾਲ ਦੇ ਨੈਸ਼ਨਲ ਪਲੇਅਰ। ਨਾ ਮੈਂ ਹਾਰ, ਮੈਨੂੰ ਦੁਨੀਆ ਤੇ ਜੰਮਿਆ ਉਹਦੇ ਭਾਣੇ ਵਿੱਚ ਰਹਿਣਾ, ਉਹ ਤੋਂ ਡਰ ਕੇ ਜਿਉਂਦਾ ਨਹੀਂ ਉਹ ਮਰ ਮਰ ਕੇ ਚੰਗੇ ਦਿਨ ਬਸ ਦਿਨਾਂ ਦੀ ਉਹ ਖੇੜਿਆ ਮੈਂ ਲੈ ਆਉਣੇ ਬਾਹ ਫੜ ਕੇ। ਸ਼ੌਕੀਨ ਕੈਂਬੀ ਨੂੰ ਸੱਤ ਸਮੁੰਦਰ ਪਾਰ ਜਾਣ ਦਾ ਵੀ ਕਾਫੀ ਸ਼ੌਂਕ ਸੀ। 2011 ਵਿੱਚ ਕੈਂਬੀ ਦਾ ਸੱਤ ਸਮੁੰਦਰ ਪਾਰ ਜਾਣ ਦਾ ਸੁਪਨਾ ਵੀ ਪੂਰਾ ਹੋ ਗਿਆ। ਉਹ ਕਹਿੰਦੇ ਨੇ ਨਾ ਕਿ ਲਾਲਚ ਇਨਸਾਨ ਨੂੰ ਬੁਰੇ ਕੰਮ ਕਰਨ ਲਈ ਮਜਬੂਰ ਕਰ ਦਿੰਦੀ ਹੈ। ਕੈਂਬੀ ਵੀ ਵਿਦੇਸ਼ ਜਾ ਕੇ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਬੁਰੀ ਸੰਗਤ ਵਿੱਚ ਪੈ ਗਏ ਅਤੇ ਜੋ ਥੋੜਾ ਬਹੁਤ ਸੀ ਉਹ ਵੀ ਗਵਾ ਬੈਠੇ। ਲੇਕਿਨ ਜਲਦ ਹੀ ਮਿਸਟਰ ਰਾਜਪੁਰੀਆ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਗਲਤ ਰਾਹ ਛੱਡ ਕੈਂਬੀ ਨੇ ਸਹੀ ਰਸਤੇ ਜਾਣ ਦਾ ਮਨ ਬਣਾ ਲਿਆ। ਬਹੁਤਾ ਨਹੀਂ ਸਿਆਣਾ ਕੰਮ ਵੀ, ਫੇਰ ਵੀ ਆਪਣਾ ਜ਼ੋਰ ਮੈਂ ਲਾਇਆ। ਕਹਿ ਦਿੱਤਾ ਮੈਂ ਤੈਨੂੰ ਸਭ ਕੁਝ ਜੋ ਮੇਰੇ ਮਾਂ ਬਾਪ ਸਿਖਾਇਆ, ਜੋ ਮੇਰੇ ਮਾਂ ਬਾਪ ਸਿਖਾਇਆ। ਵੈਲ, ਕੈਂਬੀ ਨੂੰ ਸਹੀ ਰਸਤੇ ਤੇ ਲਿਆਉਣ ਲਈ ਉਹਨਾਂ ਦੇ ਕੈਨੇਡਾ ਵਾਲੇ ਯਾਰਾਂ ਦੋਸਤਾਂ ਨੇ ਵੀ ਕਾਫੀ ਮਦਦ ਕੀਤੀ। ਤਾਂ ਹੀ ਤਾਂ ਕੈਂਬੀ ਕਹਿੰਦੇ ਨੇ ਕਿ ਮੇਰੇ ਕੈਨੇਡਾ ਵਾਲੇ ਯਾਰ ਮੇਰੀ ਜਿੰਦ ਜਾਨ ਨੇ। ਕੈਨੇਡਾ ਵਿੱਚ ਕੈਂਬੀ ਨੇ ਮਾੜਾ ਟਾਈਮ ਦੇਖਣ ਤੋਂ ਬਾਅਦ ਲਿਖਣਾ ਸ਼ੁਰੂ ਕਰਤਾ ਸੀ ਤੇ ਕੈਂਬੀ ਨੇ ਆਪਣੀ ਗਾਇਕੀ ਇੱਕ ਪਾਰਟੀ ਤੋਂ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਕੈਂਬੀ ਨੇ ਆਪਣਾ ਡੈਬਿਊ ਸੌਂਗ ਚੈਲੰਜ ਟੂ ਨਾਸਾ ਰਿਲੀਜ਼ ਕੀਤਾ ਅਤੇ ਪਹਿਲੇ ਹੀ ਗਾਣੇ ਦੇ ਨਾਲ ਕੈਂਬੀ ਨੇ ਆਡੀਅੰਸ ਦੇ ਦਿਲਾਂ ਵਿੱਚ ਥਾਂ ਬਣਾ ਲਈ। ਇੱਕ ਤਰਫ ਜਿੱਥੇ ਕੈਂਬੀ ਆਪਣੀ ਸਕਸੈਸ ਦੀ ਖੁਸ਼ੀ ਮਨਾ ਰਹੇ ਸੀ, ਉੱਥੇ ਹੀ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਦਾ ਦੁੱਖ ਵੀ ਸੀ। ਮਗਰ ਆਪਣੇ ਫੈਨਸ ਦਾ ਅਤੇ ਪੰਜਾਬੀ ਇੰਡਸਟਰੀ ਦਾ ਸਾਥ ਪਾ ਕੇ ਕੈਂਬੀ ਪੁਰਾਣੇ ਦਰਦ ਭੁਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ। ਇਰਾਦਿਆਂ ਦਾ ਪੱਕਾ ਪੂਰਾ ਹਾਲੇ ਨਹੀਂ ਓ ਮਰਦਾ, ਕਹਿ ਦਿਓ ਮੁਸੀਬਤਾਂ ਨੂੰ ਕੰਮ ਵੀ ਨਹੀਂ ਓ ਡਰਦਾ। For more such updates, please like, share and subscribe Oops TV. ਅਤੇ ਨਵੀਂ ਵੀਡੀਓਜ਼ ਲਈ ਨੋਟੀਫਾਈਡ ਰਹਿਣ ਲਈ kindly press the bell icon.